ਜਿੰਨਾ ਪਾਣੀਆ ਓਏ ਅੱਜ ਲੰਘ ਜਾਣਾ ਓਨਾ ਫੇਰ ਨਹੀਂ ਆਉਣਾ ਪਲ ਕੇ ਉਹ ਮਿੱਟੀ ਪੈਣੀ ਇੰਨਾ ਫੇਰ ਨਹੀਂ ਪੈਣਾ ਰਲ ਕੇ ਆਸ਼ ਮਦੂਰ ਮੁਕਾਮ ਸਸੀ ਦਾ ਉੱਤੇ ਜੋ ਪਹੁੰਚਾ ਸੋ ਮਰ ਕੇ ਨੀ ਕਿਹੜੇ ਪੈਣ ਲੈ ਸੁਰਗ ਕਲੀ ਰੇ ਨੀ ਤੂੰ ਤੇ ਪੈਣ ਲੈ ਸੁਰਗ ਉਹ ਕਲੀ ਰੇ ਨੀ ਮੇਰਾ ਦਿਲ ਟੁੱਟਿਆ ਹੀ ਹੀਰੇ ਨੀ ਪਾਈ ਮੈਨੂੰ ਮੁਰਾਦਾ ਅੱਜ ਝੰਗ ਸਿਆਲੀ ਵਾਜੇ ਉਹ ਵੱਜਣੇ ਝੰਗ ਸਿਆਲੀ ਵਾਜੇ ਵੱਜਣੇ ਉਹ ਦਿਲਾਂ ਨਾਲ ਦਿਲ ਤੁਲਣੇ ਝੰਗ ਮੇਰੇ ਯਾਰ ਨੂੰ ਪੁਰਾਣਾ ਹੋਇਓ ਖੀ ਮੇਰੇ ਯਾਰ ਨੂੰ ਪੁਰਾਣਾ ਆਖੀ ਉਹ ਮੇਰੀ ਭਾਵੇਂ ਜਿੰਦ ਕੱਢ ਲਈ ਮੇਰੇ ਯਾਰ ਨੂੰ ਉੱਤੇ ਪੈਣ ਲੈ ਸੁਰਖ ਕਲੀ ਰੇ ਨੀ ਉਹ ਪੈਣ ਲੈ ਸੁਰਖ ਕਲੀ ਰੇ ਨੀ ਮੇਰਾ ਦਿਲ ਟੁੱਟਿਆ ਈ ਹੀਰੇ ਨੀ ਪਾਈ ਮੈਨੂੰ ਉਮਰਾਂ ਦਾ ਬਾਲਾਨਾਥ ਦੇ ਕੋਲ ਚਲਾ ਜਾਂਦਾ। ਕਿਸੇ ਕਿਹਾ ਬਾਲਾਨਾਥ ਕੋਲ ਜਾ, ਚੱਲਿਆ 12 ਸਾਲ ਮੱਝੀ ਚਰਾਈਆਂ ਨੀ, ਜੇ ਤੇਰਾ ਰਾਹ ਖੋਲਣਾ ਤੇ ਸਿੱਧਾ ਕਰਨਾ ਤੇ ਬਾਲਾਨਾਥ ਦੇ ਕੋਲ ਜਾ। ਤੇ ਪੀਰ ਵਾਰਿਸ ਸ਼ਾਹ ਸਰਕਾਰ ਲਿਖਦੇ ਨੇ ਬਾਲਾਨਾਥ ਦੇ ਟਿੱਲੇ ਤੇ ਜਾ ਰਾਂਝਾ ਉਲਥਾ ਮੁਕਾਨ ਵੱਲ ਨਜ਼ਰ ਕਰਦਾ ਰੋੜੀ ਗੁੜ ਦੀ ਰੱਖ ਕੇ ਟੇਕ ਮੱਥਾ ਸਭ ਜੋਗੀਆਂ ਦੇ ਜਾ ਚਰਨ ਫੜਦਾ
ਆਸਨ ਜੋਗੀਆਂ ਦੇ ਬਣੇ ਬਹੁਤ ਸੁੰਦਰ ਤੇ ਰੰਗਾ ਰੰਗ ਦਾ ਕਿਸਾਸੂ ਚਾ ਪਰਦਾ ਕਈ ਸਬਜ਼ ਸਫੇਦ ਤੇ ਸੋਸਨੀ ਸੀ ਮਲਮਾ ਫੇਰਿਆ ਚਾਂਦੀ ਤੇ ਹੋਰ ਦਰਦਾ ਰਾਂਝਾ ਵੇਖ ਕੇ ਬਹੁਤ ਉਹ ਰਾਂਝਾ ਵੇਖ ਕੇ ਬਹੁਤ ਨਿਹਾਲ ਹੋਇਆ ਬਹੁਤ ਨਿਹਾਲ ਹੋਇਆ ਸਭੋ ਦਿਸਦਾ ਜੋਦ ਤੇ ਜੋਦ ਕਰਦਾ ਉਹ ਵਾਰਿਸ਼ਾ ਵੀ ਫਕਰ ਦੇ ਨਾਮ ਤੋਂ ਵਾਰਿਸ਼ਾ ਵੀ ਫਕਰ ਦੇ ਨਾਮ ਤੋਂ ਜਿੰਦ ਜਾਣ ਸਦਕ ਰਹਿਚਾ ਕਰਦਾ ਬਾਲਾਨਾਥ ਨੂੰ ਰਾਂਝੇ ਜਾ ਕੇ ਕਿਹਾ ਮੈਂ ਜੋਗ ਲੈਣੀ ਹੈ ਜਿਹੜੇ 40 ਸਾਲ ਦੇ ਜਾਣੇ 50 ਸਾਲ ਦੇ ਸਨ ਖਿਦਮਤਾਂ ਕਰਨ ਵਾਲੇ ਉਹਨਾਂ ਆਖਿਆ ਜੀ ਇੱਕ ਰਾਤ ਵਿੱਚ ਆ ਕੇ ਜੋਗ ਲੱਗ ਪਿਆ ਮੰਗਣ ਹੀਰ ਦੀ ਤਲਬ ਕਰਨ ਲੱਗ ਪਿਆ ਇਹ ਕੀ ਗੱਲ ਹੈ ਉੱਥੇ ਇੱਕ ਸਿਆਣੇ ਵੀ ਵਿੱਚ ਚੇਲੇ ਆਉਂਦੇ ਨੇ ਉਹਨੇ ਆਖਿਆ ਇਹਦਾ ਮੈਨੂੰ ਜਾਪਦਾ ਖੂਹ ਹੀ ਪਿੱਛੋਂ ਗਿੜਿਆ ਇਹਦਾ ਖੂਹ ਪਿੱਛੋਂ ਹੀ ਆਪਣਾ ਗਿੜੇ ਆ ਤੇ ਜੇ ਮੀਆਂ ਨੇ ਜੋਗ ਲੈ ਜਾਣੀ ਤੇ ਤੁਹਾਨੂੰ ਮੈਨੂੰ ਦੁੱਖ ਕਾਹਦਾ ਤੇ ਪੀਰ ਬਾਦਸ਼ਾਹ ਸਰਕਾਰ ਲਿਖਦੇ ਨੇ ਉਹ ਜਦੋਂ ਕਰਮ ਅੱਲਾ ਦਾ ਕਰੇ ਮਦਦ ਇਹ ਬੇੜਾ ਪਾਰ ਹੋ ਜਾਏ ਨਮਾਣਿਆਂ ਦਾ ਲੈਣਾ ਕਰਜ਼ ਨਹੀਂ ਬੂਵੇ ਜਾ ਬਈਏ ਕਿਆ ਜ਼ੋਰ ਹੈ ਅਸਾਂ ਨਮਾਣਿਆਂ ਦਾ ਹੁਕਮ ਨਾਲ ਸਮੁੰਦਰ ਜਹਾਜ਼ ਫਿਰਦਾ ਇੱਥੇ ਕੁਝ ਨਾ ਜ਼ੋਰ ਨਮਾਣਿਆਂ ਦਾ ਇੱਕ ਸੁਤੜੇ ਲੈ ਜਗਾਜ਼ਾ ਸਾਹਿਬ ਜਾਮਣ ਕਿਹੜਾ ਹੀ ਹੱਕ ਦੇ ਪਾਣਿਆਂ ਦਾ